माता जी पहला कहिंदे सी एक्सीडेंट है, हुण की थोनू दस्या इन्हां ने पुलिस वालिया ने, तुसी लगातार थाने च जा रहे हो, की कह रहे ने? ਸਾਨੂੰ ਜੀ ਪਹਿਲਾਂ ਕਹਿੰਦੇ ਸੀ ਐਕਸੀਡੈਂਟ ਹੋਇਆ, ਸਾਨੂੰ ਫਰੀਦਕੋਟ ਵਾਲੇ ਡਾਕਟਰਾਂ ਨੇ ਰਿਪੋਰਟਾਂ ਦਿੱਤੀਆਂ ਵੀ ਤੁਹਾਡੇ ਬੱਚੇ ਦਾ ਇਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਮਾਰੀਆਂ, ਨਾੜੀਆਂ ਦਿਮਾਗ ਦੀਆਂ ਸਾਰੀਆਂ ਪਾੜ ਦਿੱਤੀਆਂ ਮੇਰੇ ਬੱਚੇ ਦੀਆਂ ਬੇਕਸੂਰ ਦੀਆਂ। ਇਹ ਕੋਈ ਸਮਾਜ ਸੇਵੀ ਆ, ਵਧੀਆ ਕੰਮ ਕਰਦਾ, ਕਿਹੋ ਜਿਹਾ ਬੰਦਾ? ਘਟੀਆ ਕੰਮ ਕਰਦਾ, ਤੀਜਾ ਕਤਲ ਕਰਤਾ ਇਹਨੇ। ਮੈਂ ਜਦੋਂ ਬਾਹਰ ਖੋਲਿਆ ਮੇਰੇ ਤੇਲੀਆਂ ਆਉਣ ਲੱਗ ਗਈਆਂ ਛਿੱਡਕ, ਮੈਂ ਕਿਹਾ ਲੱਖਿਆ ਤੂੰ ਦਾਦੇ ਮੁੰਡਾ ਤੁਹਾਡੇ ਘਰੇ ਸੀਗਾ ਰਾਤ, ਵੀ ਕਿੱਥੇ ਆ, ਕੀ ਗੱਲ ਹੋਈ, ਕੋਈ ਭਾਣਾ ਵਰਤਿਆ ਦਾਦੇ, ਮੈਂ ਚੱਕ ਲੂੰ ਆਪਦੇ ਨੂੰ, ਉਹ ਨਹੀਂ ਬੋਲਿਆ ਗਾ। ਮਿੱਟੀਆਂ ਤੇਲ ਪਾ ਕੇ ਆਪਦੀ ਹੱਤਿਆ ਕਰ ਲੈਣੀ ਆ, ਮੈਂ ਹੱਤਿਆ ਮੈਂ ਕਰ ਲੈਣੀ, ਮੇਰਾ ਪੁੱਤ ਜਦੋਂ ਉੱਠ ਗਿਆ ਘਰੋਂ ਮੈਨੂੰ ਇਹੀ ਰੋਟੀ ਦੇ ਨਾਲ ਸੀ ਪੁੱਤ ਮੇਰਾ, ਮੇਰੇ ਘਰ ਦਾ ਸ਼ਿੰਗਾਰ ਖੋਲਿਆ। ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ, ਮੈਂ ਹਾਂ ਚਮਕੌਰ ਸਿੰਘ ਲੋਪੋ। ਦਰਸ਼ਕੋ, ਅੱਜ ਜਿਹੜੀ ਤੁਹਾਨੂੰ ਖਬਰ ਦਿਖਾਉਣ ਲੱਗੇ ਹਾਂ ਕਿ ਤਕਰੀਬਨ 2 ਮਹੀਨੇ ਪਹਿਲਾਂ ਆਪਾਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ, ਜਿਹੜਾ ਤੁਹਾਨੂੰ ਸਾਰੀ ਉਹ ਘਟਨਾ ਦਿਖਾਈ ਸੀ ਕਿ ਮੀਨੀਆ ਪਿੰਡ ਆ ਮੋਗੇ ਜ਼ਿਲ੍ਹੇ ਦਾ, ਜਿੱਥੋਂ ਦਾ ਇੱਕ ਨੌਜਵਾਨ 30 ਸਾਲਾ ਲੜਕਾ ਨਛੱਤਰ ਸਿੰਘ, ਜਿਹਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਸੀ, ਅਤੇ ਪੁਲਿਸ ਕਹਿ ਰਹੀ ਸੀ ਕਿ ਐਕਸੀਡੈਂਟ ਹੋ ਗਿਆ ਸੜਕ ਦੇ ਉੱਤੇ ਕਿਸੇ ਦੇ ਨਾਲ, ਅਤੇ ਪਰਿਵਾਰ ਆ ਜਿਹੜਾ ਉਹ ਕਹਿ ਰਿਹਾ ਸੀ ਸਾਡੇ ਪੁੱਤ ਦਾ ਕਤਲ ਹੋਇਆ। ਥਾਣੇ ਦੇ ਅੱਗੇ ਲਾਸ ਰੱਖ ਕੇ ਧਰਨਾ ਲਾਇਆ ਜਾਂਦਾ, ਧਰਨੇ ਤੋਂ ਬਾਅਦ ਇਨਕੁਆਇਰੀ ਖੋਲ੍ਹੀ ਜਾਂਦੀ ਹੈ, ਭਾਵੇਂ ਕਿਹਾ ਜਾਂਦਾ ਸੀ ਸਿਆਸੀ ਦਬਾਅ, ਇਨਕੁਆਇਰੀ ਨਹੀਂ ਹੋਣ ਦਿੱਤੀ ਜਾ ਰਹੀ ਸੀ ਕਿ ਆਖਰੇ ਨੌਜਵਾਨ ਦੀ ਮੌਤ ਕਿਵੇਂ ਹੁੰਦੀ ਆ, ਕਿ ਸੱਚ ਸਾਹਮਣੇ ਆਉਣਾ ਚਾਹੀਦਾ ਸੀ। ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਸੰਘਰਸ਼ ਕੀਤਾ, ਪਰਿਵਾਰ ਨੇ, ਜਥੇਬੰਦੀਆਂ ਨੇ, ਸਾਰਿਆਂ ਨੇ ਮਿਲ ਕੇ ਕਿਹਾ ਕਿ ਜਿਹੜੇ ਨੌਜਵਾਨ ਦੀ ਮੌਤ ਹੋਈ ਆ ਕਿਵੇਂ ਹੋਈ ਆ, ਆਖਰ ਸੱਚ ਸਾਹਮਣੇ ਆਉਣਾ ਚਾਹੀਦਾ। ਉਸ ਤੋਂ ਬਾਅਦ ਤਫਤੀਸ਼ ਹੁੰਦੀ ਆ, ਪਰਿਵਾਰ ਦਾ ਜਿਹੜਾ ਸ਼ੱਕ ਆ ਉਹ ਸਹੀ ਨਿਕਲਦਾ, ਇੱਕ ਨੌਜਵਾਨ ਨੂੰ ਚੱਕਿਆ ਜਾਂਦਾ, ਜਦੋਂ ਉਹਦੀ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਸਾਰੇ ਖੁਲਾਸੇ ਕਰਦਾ, ਮੰਨ ਜਾਂਦਾ ਕਿ ਜਿਹੜਾ ਇਹ ਨਛੱਤਰ ਸਿੰਘ ਦਾ ਕਤਲ ਹੈ ਉਹ ਕਹਿੰਦਾ ਮੈਂ ਕੀਤਾ। ਜੇ ਦੇਖਿਆ ਜਾਵੇ ਪਰਿਵਾਰ ਨੇ ਪਹਿਲੇ ਦਿਨ ਹੀ ਉਹ ਨੌਜਵਾਨ ਦਾ ਨਾਂ ਲਿਆ ਸੀ ਕਿ ਜਿਹੜਾ ਭਿੰਨੂ ਹੈ, ਅਮਰਜੀਤ ਸਿੰਘ ਭਿੰਨੂ, ਇੱਥੋਂ ਦਾ ਮੀਨੀਆਂ ਦਾ, ਉਹ ਨੌਜਵਾਨ ਨੂੰ ਘਰੋਂ ਲੈ ਕੇ ਜਾਂਦਾ, ਘਰੋਂ ਲੈ ਕੇ ਜਾਂਦਾ, ਉਹਦੀ ਡੈਥ ਹੋ ਜਾਂਦੀ ਹੈ, ਔਰ ਇੱਥੋਂ ਤੱਕ ਕਿ ਘਰ ਦੇ ਪਹਿਲਾਂ ਆਪਣੇ ਪੁੱਤਰ ਨੂੰ ਲੱਭਦੇ ਨੇ, ਥਾਣਿਆਂ ਦੇ ਵਿੱਚ ਤਲਾਹਾਂ ਦਿੱਤੀਆਂ ਜਾਂਦੀਆਂ ਕਿ ਸਾਡਾ ਜਿਹੜਾ ਲੜਕਾ ਉਹ ਕਿੱਥੇ ਚਲਿਆ ਗਿਆ, ਉਹਨੂੰ ਲੱਭਿਆ ਜਾਵੇ, ਪੁਲਿਸ ਆਲਮਟੋਲ ਕਰਦੀ ਆ। ਉਸ ਤੋਂ ਬਾਅਦ ਪਤਾ ਲੱਗਦਾ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਇਲਾਜ ਅਧੀਨ ਪਿਆ, ਅਤੇ ਉੱਥੇ ਜਾ ਕੇ ਪਰਿਵਾਰ ਵਾਲੇ ਇਲਾਜ ਕਰਾਉਂਦੇ, ਪਰ ਬੜੀ ਦੁੱਖ ਦੀ ਗੱਲ ਹੈ ਕਿ ਆਖਰੀ ਗੱਲ ਨਹੀਂ ਹੋ ਪਾਉਂਦੀ ਕਿ ਆਖਰ ਉਹਦੇ ਨਾਲ ਕੀ ਪਾਣਾ ਵਰਤਿਆ, ਕਿਵੇਂ ਸੱਟ ਵੱਜੀ। ਪਰ ਉਹ ਨਾਲ ਦਾ ਨੌਜਵਾਨ ਜਿਉਂ ਹੀ ਪੁਲਿਸ ਨੇ ਚੁੱਕਿਆ ਅਤੇ ਉਹਨੇ ਸਾਰੀ ਜਿਹੜੀ ਘਟਨਾ ਹਕੀਕਤ ਹੈ ਦੱਸੀ, ਪਰ ਪਿੰਡ ਵਾਸੀ ਪਰਿਵਾਰ ਇਹ ਕਹਿ ਰਿਹਾ ਕਿ ਜਿਹੜੇ ਉਹਦੇ ਨਾਲ ਦੋਸ਼ੀ ਸੀ, ਜਿਨ੍ਹਾਂ ਨੇ ਕ੍ਰਾਈਮ ਕਰਵਾਇਆ, ਉਹਨਾਂ ਨੂੰ ਪੁਲਿਸ ਬਚਾ ਰਹੀ ਆ, ਸਿਆਸੀ ਰਸੂਖ ਕਾਰਨ ਉਹਨਾਂ 'ਤੇ ਕਾਰਵਾਈ ਨਹੀਂ ਹੋ ਰਹੀ। ਸੋ ਇਹਨਾਂ ਦਾ ਪਰਿਵਾਰ ਦਾ ਕਹਿਣਾ ਕਿ ਜਿਹੜੇ ਥਾਂ 'ਤੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਨ੍ਹਾਂ ਨੇ ਨਾਲ ਸਹਿਯੋਗ ਕੀਤਾ, ਸਾਰੀ ਇਹ ਘਟਨਾ ਦੱਸ ਰਹੇ ਨੇ ਕਿ ਆਖਰ ਇਹਨਾਂ ਦੇ ਪੁੱਤ ਦੇ ਨਾਲ ਇਹ ਕਿਉਂ ਭਾਣਾ ਵਰਤਿਆ, ਉਹਨਾਂ ਨੂੰ ਵੀ ਸਲਾਖਾਂ ਪਿੱਛੇ ਕਰਾਉਣਾ ਚਾਹੁੰਦੇ ਨੇ। ਤੁਸੀਂ ਦੇਖ ਸਕਦੇ ਹੋ ਇਹ ਉਹ ਨਛੱਤਰ ਸਿੰਘ ਦੀ ਮਾਂ ਏ, ਹੱਥ ਦੇ ਵਿੱਚ ਆਪਣੇ ਨੌਜਵਾਨ ਲੜਕੇ ਦੀ ਫੋਟੋ ਲੈ ਕੇ ਇਨਸਾਫ਼ ਦੀ ਮੰਗ ਕਰ ਰਹੀ ਹੈ। ਇੱਕ ਦਿਨ ਪਹਿਲਾਂ ਵੀ ਦੋ ਤੋਂ ਕਿਤੇ ਇਹਨਾਂ ਨੂੰ ਟਰੇਲੀ ਭਰ ਕੇ ਇੱਥੋਂ ਲੈ ਕੇ ਜਾਂਦੇ ਨੇ ਠਾਣੇ ਬਹਿਣੇ, ਕਿਹਾ ਜਾਂਦਾ ਤੁਸੀਂ ਉੱਥੇ ਜਾ ਵੜੋ, ਕਿਤੇ SSP ਦਫ਼ਤਰ ਅੱਗੇ ਜਾ ਕੇ ਬਹਿੰਦੀ ਨਹੀਂ ਹੈ ਮਾਂ। ਜੇ ਦੇਖਿਆ ਜਾਵੇ ਇਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਗੇੜੇ ਲਵਾਏ ਜਾ ਰਹੇ, ਇੱਕ ਇਹਨਾਂ ਦਾ ਨੌਜਵਾਨ ਘਰੋਂ ਪੁੱਤ ਚਲਿਆ ਜਾਂਦਾ, ਦੂਜਾ ਇਨਸਾਫ਼ ਲਈ ਦਰ ਦਰ ਭਟਕਦੇ ਫਿਰਦੇ ਆ, ਕਿੱਥੋਂ ਦਾ ਇਨਸਾਫ਼ ਆ? ਹਜੇ ਵੀ ਇਹ ਆਪਣੇ ਦੇਸ਼ ਦੇ ਵਿੱਚ ਅਜਿਹੀਆਂ ਘਟਨਾਵਾਂ ਜਿਨ੍ਹਾਂ ਨੂੰ ਦਬਾਇਆ ਜਾਂਦਾ। ਸੋ ਦੇਖਿਆ ਜਾਵੇ ਜੇਕਰ ਇਹ ਇਨਸਾਫ਼ ਦੀ ਮੰਗ ਕਰਦੇ ਆ, ਪੁਲਿਸ ਨੂੰ ਤੁਰੰਤ ਇਹਦੀ ਜਾਂਚ ਕਰਨੀ ਚਾਹੀਦੀ ਸੀ, ਔਰ ਜੋ ਵੀ ਦੋਸ਼ੀ ਬਣਦੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕਣਾ ਚਾਹੀਦਾ ਸੀ। ਪਹਿਲਾਂ ਮੰਨਣ ਨੂੰ ਤਿਆਰ ਨਹੀਂ ਸੀ ਕਿ ਕਤਲ ਹੋਇਆ, ਜਦੋਂ ਹੁਣ ਉਹ ਨੌਜਵਾਨ ਨੇ ਕਬੂਲ ਕਰ ਲਿਆ, ਇੱਥੋਂ ਤੱਕ ਕਿ ਤੁਹਾਨੂੰ ਅਸੀਂ ਵੀ ਉਹ ਵੀਡੀਓ ਸੁਣਾਵਾਂਗੇ ਕਿ ਸਾਡੀ ਉਹ ਅਮਰਜੀਤ ਸਿੰਘ ਭਿੰਨੂ ਦੇ ਨਾਲ ਗੱਲਬਾਤ ਹੋਈ,
वो कहिंदा एक फोटो का रौला सी जिन्हों लैके मैं नौजवान का कतल कर दिता है। तो जे देखा जाए उधर साड़ी एस एच ओ साहब नाल भी गलबात हुई है, उन्हें पूछा कि जिहड़ी एक लड़की का ना आता तुसीं उहते कार्रवाई की, वह कहिंदे अजे जांच कर दें। परिवार को भरोसा दवाया जाता भी असीं सारिआं ते कार्रवाई करांगे, पर देखा जाए पुलिस अजे कार्रवाई करन दे मूड च नहीं, पर यह कहिंदे ने असीं संघर्ष करांगे। मैं कैमरामैन नूं कहूँगा इधर दिखा दिता जाए। सारे पिंड वासी भी कहिंदे ने कि इंसाफ मिलना चाहिए, जो सच है वह सामने आना चाहिए। सारे लोग आ जिहड़े वो कहिंदे साडी किसे ना कोई लाग डाट नहीं, असी कहिंदे जिहड़ा ये नौजवान है इहनूं इंसाफ मिलना चाहिए। जिन्हां ने भी इहदा कतल कीता है जां करवाया उन्हां दे उत्ते बनदियां सख्त धारावां तहत मामले दर्ज होने चाहिए ने। सो साडे नाल वह माता है, असी उन्हां नाल गलबात करांगे, पिंड वासी ने उन्हां नाल भी गलबात करांगे कि आखिर क्यों तुहानूं संघर्ष दा राह चुनना पै रहा, क्यों नहीं इंसाफ मिल रहा, की कारण है। सो माता जी पहला कहिंदे सी एक्सीडेंट है, हाँ जी, हुण की तुहानूं दस्सिया इन्होंने पुलिस वालियां ने, तुसीं लगातार थाने च जा रहे हो, की कह रहे ने हुण? सानूं जी पहलां कहिंदे सी एक्सीडेंट होया, सानूं फरीदकोट वाले डाक्टर ने रिपोर्टां दित्तियां भी तुहाडे बच्चे दा इन्होंने इहो जिहियां चीज़ां मारियां, नाड़ियां टमाक दियां सारियां पाड़ दित्तियां मेरे बच्चे दियां बेकसूर दियां, घरों सद के लिजा के लखे दे घरे मेरे पुत दा कतल होया बाहरले घरे। ये लखा मां कौन है, कित्थों दा? ये आप साडे पिंड दा मीनियां दा, ते इहने घरे उहनूं मुंडे नूं भेजा बजू। की आ इह, कोई समाज सेवी आ, वधिया काम करदा, किहो जिहा बंदा? इह घटिया काम करदा, तीजा कतल करता इहने, हुण इहनूं कोई उत्ता नहीं चकदा, इह कल नूं साडे पिंड नूं वी मार सकदा, मेरा पुत वी गिआ नौजवान शेर वर्गा। पहलां पहलां वी इहदे ते दोष आ, पहलां क्रिमिनल बंदा, पहलां इहने राम भल्ला मारिआ, फिर इहने मुंडा साडे इत्थे ज्वाली का मार के छिट्टिआ, उह चक के लै के दब दब, सानूं हुण पता नहीं लग्गिआ साडे बच्चे नूं बेकसूर नूं, पता नहीं इहने की देखिआ, की गल आ, कोई बात हुंदी मैनूं इह जे कहिंदा वी तेरे पुत दा कसूर आ, मैं इहदा तां कतल करदा, कोई पुलिस नूं फड़ाउंदा, मैनूं प्यो नूं लांभा दिंदा, मैनूं दिंदा, इह कोई सानू गल नहीं दसी। पहला कोई लांबा टोडे करे आया होवे भी नछत्तर सिंह आ? हां जी, ना जी, ना जी, पिंड चो मेरे पुत ने अज तक खेती पहन दा लांबा नहीं लिया, इन्ने बंदे खड़े कह जाणा मैं जमा नहीं चक्कन चकदी गी कोई भोरा भी, इन्हें हरेक नूं हस के बुलाउणा, हरेक नूं बीबी भैन कहना वा, ये जमा नहीं सी जा कोई जलाम मेरे पुत नूं, ये इत्थे लै के गए सद के, ये कहिंदे सी बहाना बनाया वा भी मोटरसाइकिल दैन जाणा, 20 दिनां दे फिरदे सी ये मुंडा, कहिंदा भी मैं कहा मैं जान नहीं जाणा, कहिंदा मैं इस्तरी आ भाई, ओडे ये दो बजे गेड़े मारे, मैं कहा इन्हें नहीं जाणा गा, तीजी बार वो लै गए, तीजी बार लै गए तो असीं फोन लाया 8 बजे, कहिंदा मम्मी घर आ गए, कहिंदे लखे के घर बैठे हाँ असीं, तो लखे के घर मैं डीकदी रही, फिर मैनूं फोन आया 10:30 बजे, कहिंदे लखे के घर आ गए, वह मुंडा कहना बाजी गाँव लखे के घर बैठे हैं, बुढ़िया भी बोली जाएगा बच्चे, तो मैं चल छड़ जाएंगे, मैं बार खोल लिया भी था, मैं 12 बजे तक डीकी गई, धुंद बहुत ज्यादा, मैं मुंडे ने पतला सूट पाया, आया ही नहीं हूँ तिकर, मैं सारे गेड़े कट दी, फिर जी कोई छड़न ना आया, तो जो अभी 2 बजे उन्होंने घर गए, तो मैं जाके चीका रोली पाई, मैं तुम्हें सारा टब्बर बार खोल दिया, एकदम सारा टब्बर बहार आ गए, मैं आह मोटरसाइकिल कि वा, कहने किसे का पता नहीं किता, कोई बंदा खड़िया गया, चल मेरे दौरे दंदरां पैन लगे, मैं उन्होंने अंदर कमरे फोलन लग गई सारे, वो सारा टब्बर बाहर आ गए, कुछ नहीं बोले मैं तेरा मुंडा कित्थे आ, मेरे दौरान दंदरां पैन लग गए, मैं घर नूं भज्जिआ जी, उदू बाद लखा मेरे घर 4 बजे आया, नाले उहदा साला सवेरे सुबह, मैं जो बार खोलिया मेरे तेलियां आने लग गए, छिड मैं लखे तू दादे मुंडा थोड़े घर से रात भी कितने की गल हुई, कोई भाणा वरत्या दादे, मैं चक लूँ आपने वो नहीं बोलिया गा, मैं लखे चल तू मैं बाजी करा दे घर लैके चल, मेरे टेक ना आई आप पिछ दिख गए, जो अभी उन्होंने घर गए उही मोटरसाइकिल खड़ा, लखे ने वो मुंडे को भजाता भी तू भजा, मैंने बाजी करने धक्का मारता, तो भज गए उठे, मैं डिग पी, फिर मैं घर नू आ गई, फिर मैं फिर लखे के घर 5 बजे भज गई, उसे मैं लखे भालन चल गए मुंडे, मैं कि पता लखे ने मेरे मुंडे का कतल किया वा, फिर अभी करे भालन गए, कलेर गया कलवंत नाल गया, ये भाल के टोल मटोले ला के मुड़े आए, असी फिर मिंबर पंचायत घले सारे भी लखे दस दे, लखा फिर घर आया 7 बजे, मैं लखे दस दे मुंडा कितने आ, कहता फोन बंद हो गया, वो बरनाले उलट गया, कितने कुछ कह लग गया, कितने कुछ ये ना ना लवे कोई, मैं कोई चक्कर है सारा टब्बर बोल दे नहीं, फिर असी बंदे भेजे मुंडे, मुंडे कहते भी दस दे चाचा जे तेरे निगाह चाहिए कितने दाखा कोई गल ना सू दस दे, इन्हें दस्या नहीं, असी 4 दिन भालते रहे, जो जिदे मुंडे जी साढ़े जी उतों आई है मूवी बनी भी मैच च फरीदकोटों, तो उदे सानू कहना भी बरनाले भालन चलांगे आपां, तो उत्थे गुम होया वा,
तो आप चलेंगे बरनाले उस दिन सानू मूवी आ गई तो असी फरीदकोट रौला पै गया कट्ठ हो गया पिंड दा सी उत्थे उठ गए साडे जांदे नूं मेरे बच्चे तो सह ही भगदे सी कोई गलबात नहीं हुई कोई नहीं खत्म सी हुण इह जिहड़ा मुंडा हैगा भीनू थोड़े इहनूं फड़ लिया शिकार खोलिया मेरा पुत बेकसूर जो मां तुसी ओदे मिले हुण सच ओदे की कहिंदा थोड़ी भीनू ना ओदे नाल उहने गल भी करवाई सी की कहा सी उहने ओह का तो मारिया कहिंदा ओह तां कहिंदे इक फोटो दा रौला सी कहिंदा मैं आखिया वी साडे मुंडे नूं कदों छड्ड के लै के कहिंदा मैं मारिया मैं की कसूर तेरा साडे मुंडे दा पुत्त दा मेरा कसूर मेरा झोली पाउंदा मेरे पुत्त दा कसूर मैं तू बाहर घर मारिया मेरे पुत्त नूं गड्डी च चार जने लद के गए आ गड्डी च लद के गड्डी धोती आ फर्श धोती आ मेरे मुंडे दे कपड़िया नूं कौन कहिंदे वी मैं मारिया भिन्नू भिन्नू कहिंदी सी मैं मारिया मैं तू कल्ले नहीं मारिया जे तेरे नाल होर बंदे च लखे घर सारा परिवार आ ओहदी लखे दी मां नूं वी पता मेरे पुत्त दे कतल होए दा ਲੱਖੇ ਦੀ ਮਾਂ ਨੂੰ ਵੀ ਮੈਨੂੰ ਲੱਖਾ ਕਹਿੰਦਾ ਫੋਨ ਲਾ ਕੇ ਕਹਿੰਦਾ ਤੇਰੇ ਨਾਲ ਖੜਾ ਮੈਂ ਫਰੀਦਕੋਟ ਵੀ ਮੈਨੂੰ ਫੋਨ ਲਾਏ ਕਹਿੰਦਾ ਆਪਾਂ ਗੁੱਗ ਕੇ ਉਹਨੂੰ ਫਟਾ ਦਈਏ ਵਿਹੜੇ ਵਾਲਿਆਂ ਨੇ ਤੇਰਾ ਮੁੰਡਾ ਮਾਰ ਕੇ ਛੱਡਤਾ ਗੁੰਮਾ ਮੈਂ ਕਿਹਾ ਵੀ ਮੇਰਾ ਵਿਹੜੇ ਵਾਲਾ ਮੇਰਾ ਕੋਈ ਬੈਰ ਨਹੀਂ ਨਾ ਮੇਰਾ ਪਿੰਡ 'ਚ ਬੈਰ ਆ ਨਾ ਮੇਰਾ ਲਾਮੀ ਪਿੰਡੀ ਬੈਰ ਆ ਲੱਖਿਆ ਜਿੱਥੇ ਮੇਰਾ ਜੇ ਮੇਰਾ ਮੁੰਡਾ ਬੋਲ ਪਿਆ ਨਾ ਮੈਂ ਕੁਛ ਨਹੀਂ ਕਹਿਣਾ ਜੇ ਮੇਰਾ ਮੁੰਡਾ ਨਾ ਬੋਲਿਆ ਮੇਰਾ ਮੁੰਡਾ ਤੇਰੇ ਘਰੇ ਆ ਤੇ ਬਾਹਰ ਦੇ ਘਰੇ ਮੇਰੇ ਮੁੰਡੇ ਰੇਗੂ ਲੱਗਿਆ ਸੀ ਲੀੜਿਆਂ ਨੂੰ ਘੜੀਸਿਆ ਤੂੰ ਆ ਲੀੜੇ ਥਾਣੇ ਪਏ ਆ ਡਾਕਟਰਾਂ ਨੇ ਮੈਨੂੰ ਦਿੱਤੇ ਸੀ ਕਿਹੜਾ ਬੀਬੀ ਆ ਲੀੜੇ ਲੈ ਜਾ ਥਾਣੇ ਵਾਲਿਆਂ ਨੇ ਮੈਥੋਂ ਲੀੜੇ ਉਹ ਲੈ ਦੇ ਮੇਰੇ ਮੁੰਡੇ ਨੇ ਇਹੋ ਜਿਹਾ ਤੇਰਾ ਕਤਲ ਕੀਤਾ ਬੇਕਸੂਰ ਦਾ ਲੱਖੇ ਕਹਿੰਦੂ ਫਾਂਸੀ ਆਉਣੀ ਚਾਹੀਏ ਤੀਜਾ ਕਤਲ ਕਰਤਾ ਜੇ ਮੇਰੇ ਗਵਰਨਮੈਂਟ ਦਾ ਹੁਣ ਮੈਂ ਗੱਲ ਹੋਈ ਪੁਲਿਸ ਕੀ ਕਹਿੰਦੀ ਵੀ ਅਸੀਂ ਕਰਾਂਗੇ ਕੋਈ ਪਰਚਾ ਦੇਵਾਂਗੇ ਜਾਂ ਕਿਵੇਂ ਮੰਨ ਲਈ ਪੁਲਿਸ ਤਾਂ ਕਹਿੰਦੀ ਇਹ ਗੱਲ ਹੀ ਨਹੀਂ ਅੱਛਾ ਬਈ ਇਹ ਉਹ ਜਦੋਂ ਮੈਂ ਜਾਨੀ ਥਾਣੇਦਾਰ ਮੈਨੂੰ ਕੁਛ ਬੋਲਦਾ ਹੀ ਨਹੀਂ ਬਹਿ ਜਾ ਬੀਬੀ ਮੈਂ ਬੰਦੇ ਬੰਦੇ ਕਿਵੇਂ ਪਾ ਦਿਆਂ ਮੈਂ ਨੱਕਾ ਕਿਵੇਂ ਐਂ ਕਰਦਿਆਂ ਤੇਰਾ ਮੁੰਡਾ ਤਾਂ ਬੌਡੀ ਮਰਿਆ ਮੇਰਾ ਮੁੰਡਾ ਬੌਡੀ ਫਰਸ਼ ਧੋਤੀ ਪਾਣੀ ਖੜਾ ਸਾਰੀ ਸੀ ਐਡੀ ਮੇਰੀ 2 ਵਜੇ ਦੀ ਛੱਡੀ ਵੀ ਮੈਂ ਸਾਰੀ ਰਾਤ ਫਿਰੀਆਂ ਵੀ ਮੇਰਾ ਪੁੱਤ ਕਿੱਥੇ ਆ ਮੇਰਾ ਪੁੱਤ ਤੁਸੀਂ ਮਾਰ ਕੇ ਛੱਡਤਾ ਨੱਖਿਆ ਮੇਰਾ ਪੁੱਤ ਤੁਸੀਂ ਮਾਰ ਕੇ ਛੱਡਤਾ ਮੈਂ ਸਾਰਾ ਉੱਧਰ 20 ਵੇੜਾ ਇਕੱਠਾ ਹੋਇਆ ਸੀ ਲੋਕੀ ਤੇ ਮੇਰਾ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਨੱਖੇ ਕੇ ਸਾਰਾ ਪਰਿਵਾਰ ਫੜਿਆ ਜਾਵੇ ਨਹੀਂ ਮੈਂ ਮਿੱਟੀ ਦਾ ਤੇਲ ਥਾਣੇ ਦੇ ਬਾਪ 'ਚ ਪਾ ਕੇ ਆਪ ਮੱਚ ਕੇ ਮਰ ਜਾਣਾ ਕੋਈ ਗੱਲ ਨਹੀਂ ਮਾਤਾ ਜੀ ਅਸੀਂ ਵੀ ਪ੍ਰਸ਼ਾਸਨ ਨੂੰ ਵੀ ਕਹਿੰਦੇ ਵੀ ਇਹਨਾਂ ਦੀ ਜਿਹੜੀ ਹੈਗੀ ਜਲਦ ਸੁਣੀ ਜਾਵੇ ਇਹ ਲਗਾਤਾਰ ਇਹੀ ਕਹਿ ਰਹੇ ਨੇ ਲੱਖੇ ਦਾ ਨਾਮ ਲੈ ਰਹੇ ਨੇ ਪਰ ਪੁਲਿਸ ਆ ਜਿਹੜੀ ਉਹ ਅਜੇ ਤੱਕ ਉਹ 'ਤੇ ਪਰਚਾ ਨਹੀਂ ਦੇ ਰਹੀ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਹੈਗਾ ਉਹ ਮੁੱਖ ਦੋਸ਼ੀ ਭਿੰਨੂ ਉਹਨੂੰ ਫੜ ਲਿਆ ਔਰ ਇਹੀ ਦੱਸਿਆ ਗਿਆ ਹੈ ਕਿ ਇੱਕ ਕੋਈ ਵੀਡੀਓ ਨੂੰ ਲੈ ਕੇ ਫੋਟੋ ਖਿੱਚੀ ਗਈ ਸੀ ਕਿ ਫੋਟੋ ਦਾ ਰੌਲਾ ਸੀ ਪਰ ਫੋਟੋ ਪਿੱਛੇ ਇਹਨਾਂ ਦਾ ਮਨ ਨਹੀਂ ਮੰਨਦਾ ਵੀ ਇੱਕ ਫੋਟੋ ਲਈ ਕੋਈ ਕਿਸੇ ਦਾ ਕਤਲ ਕਰ ਦੂ ਉਹ ਮੋਬਾਈਲ ਚੱਕ ਕੇ ਡਿਲੀਟ ਵੀ ਕਰ ਸਕਦਾ ਸੀ ਗੱਲ ਖਤਮ ਸੀ ਇਹਨਾਂ ਦਾ ਜਿਹੜਾ ਇਸ਼ਾਰੇ ਨੇ ਉਹ ਡੂੰਘੇ ਨੇ ਸੋ ਅਸੀਂ ਜੇ ਦਿਖਾਈਏ ਕਿ ਸਾਰੇ ਪਿੰਡ ਵਾਸੀ ਆ ਜਿਹੜੇ ਕੈਮਰਾਮੈਨ ਨੂੰ ਕਹੂੰ ਕਿ 4 ਸਪਰੇਅ ਦਿਖਾਇਆ ਜਾਵੇ ਪਿੰਡ ਵਾਸੀ ਜਿਹੜੇ ਉਹ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਸਾਡੇ ਨਾਲ ਹੋਰ ਪਿੰਡ ਵਾਸੀ ਵੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਜਿਹੜਾ ਹੈਗਾ ਇਹ ਕੀ ਗੱਲ ਆ ਕਿਉਂ ਨਹੀਂ ਇਨਸਾਫ ਮਿਲ ਰਿਹਾ ਸੋ ਕੀ ਨਾਂ ਤੇਰਾ ਵੀਰੇ ਅਤੇ ਜਿਹੜਾ ਨਛੱਤਰ ਸਿੰਘ ਸੀ ਕੀ ਲੱਗਦੇ ਤੇਰਾ ਮੇਰਾ ਬਰਸੋਟਾ ਬ੍ਰਦਰ ਸੀ ਅੱਛਾ ਅਤੇ ਹੁਣ ਕੀ ਗੱਲ ਆ ਉਹ ਕਹਿੰਦੇ ਅਸੀਂ ਭਿੰਨੂ ਨੂੰ ਫੜ ਕੇ ਪੁਲਿਸ ਕਹਿੰਦੀ ਪਰਚਾ ਦੇਤਾ ਹਾਂਜੀ ਹੁਣ ਕੀ ਰੌਲਾ ਹੈ ਤੁਸੀਂ ਕਿਉਂ ਕਹਿ ਰਹੇ ਹੋ ਵੀ ਲੱਖੇ ਦਾ ਕਿਉਂ ਨਾਂ ਲੈ ਰਹੇ ਜਾਂ ਹੋਰ ਬੰਦਿਆਂ ਦਾ ਪੁਲਿਸ ਕਹਿੰਦੀ ਅਸੀਂ ਸਾਰੀ ਜਾਣਕਾਰੀ ਲੈ ਲਈ ਆ ਫੋਟੋ ਪਿੱਛੇ ਮਾਰੇ ਤੁਹਾਨੂੰ ਕੀ ਲੱਗਦਾ ਕਿਉਂ ਕਤਲ ਹੋਇਆ ਉਹ ਸਾਨੂੰ ਐਂ ਲੱਗਦਾ ਵੀ ਇਹ ਕਤਲ ਐਂ ਹੋਇਆ ਵੀ ਜਿਹੜਾ ਭਿੰਨੂ ਸਿੰਘ ਆ ਉਹ ਲੱਖੇ ਦਾ ਸੀਰੀ ਆ ਉਹਨੂੰ ਤਾਂ ਇਸਤੇਮਾਲ ਕੀਤਾ ਗਿਆ ਉਹਨੂੰ ਸੱਦਣ ਵਾਸਤੇ ਭੇਜਿਆ ਗਿਆ ਕਤਲ ਲੱਖੇ ਕੇ ਘਰੇ ਹੋਇਆ ਗੱਡੀ ਤੇ ਚੱਕ ਕੇ 4 ਜਣੇ ਸਿੱਟ ਕੇ ਆਏ ਆ ਐਂਬੂਲੈਂਸ ਵਾਲੇ ਦੇ ਬਿਆਨ ਵੀ ਸਾਡੇ ਕੋਲੇ ਹੈਗੇ ਆ ਵੀ ਐਂਬੂਲੈਂਸ ਦੇ ਮਗਰ 4 ਬੰਦੇ ਮੋਟਰਸਾਈਕਲਾਂ ਤੇ ਗਏ ਆ ਠੀਕ ਆ ਤੇ ਸਾਨੂੰ ਪੂਰਾ ਭਰੋਸਾ ਸੀ ਰਾਤ ਨੂੰ 2 ਵਜੇ ਉੱਤੇ ਜਾ ਵੜੇ ਸੀ ਇਹ ਸਾਰਾ ਟੱਬਰ 2 ਵਜੇ ਉੱਠ ਕੇ ਇੱਕਦਮ ਬਾਹਰ ਆ ਗਏ 2 ਵਜੇ ਕਿਹੜਾ ਕੋਈ ਜਾਗਦਾ ਹੁੰਦਾ ਸਾਰੇ ਸੁੱਤੇ ਪਏ ਹੁੰਦੇ ਆ ਤੇ ਮੁੱਦਾ ਮੇਰਾ ਜਿਹੜਾ ਚੱਪਲਾਂ ਮੋਬਾਈਲ ਫੋਨ ਕਬਾੜੀ ਇਹ ਲੱਖੇ ਕੇ ਘਰੋਂ ਮੁੱਦਾ ਬਰਾਮਦ ਹੋਇਆ ਮੰਜੇ ਥੱਲਿਓਂ ਟੋਆ ਪੱਟ ਕੇ ਨੱਪਿਆ ਵਾ ਸੀਗਾ ਤੇ ਮੈਂ HSO ਸਾਹਿਬ ਦੇ 5 ਲੱਖ ਰੁਪਈਆ HSO ਸਾਹਿਬ ਦਾ ਖਾਦਾ ਵਾ ਇਸ ਕਰਕੇ ਉਹ ਸਾਡੇ ਤੇ ਦਬਾਅ ਪਾਉਣਾ ਚਾਹੁੰਦਾ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲੇ ਤੈਨੂੰ ਇਉਂ ਕਿਉਂ ਲੱਗਦਾ ਵੀਰੇ ਕੀ ਕਾਰਨ ਹੋ ਸਕਦਾ ਉਹ ਕਹਿੰਦੇ ਵੀ ਇੱਕ ਫੋਟੋ ਖਿੱਚੀ ਵੀ ਸੀ ਉਹ ਫੋਟੋ ਦੇਖੋ ਤੈਨੂੰ ਲੱਗਦਾ ਵੀ ਇਹ ਫੋਟੋ ਕਰਕੇ ਕਤਲ ਹੋਇਆ ਉਹ
की लगता मनु आखिर गल की है कहानी की बनी हो क्यों किया सानू फोटो करके नहीं लगता सानू ए लगता भी बिचों कोई गल दे राज आ जिहड़ा राज ये सामने लियाना नहीं चाहते ਘੋਗੀ ਸਰਪੰਚ ਆ ਜਿਹੜਾ ਉਹਨੂੰ 7 ਵਜੇ ਪਿੰਨੂ ਨੇ ਫੋਨ ਲਾਤਾ ਸੀ ਅਗਲੇ ਦਿਨ ਬਈ ਮੈਂ ਕਾਣਾ ਮਾਰਤਾ ਪਿੰਡ ਦੇ ਮੁੱਖ ਦਾ ਹੱਕ ਹੁੰਦਾ ਸਾਨੂੰ ਦੱਸਣਾ ਪਿੰਡ ਦੇ ਮੁੱਖ ਨੇ ਸਾਨੂੰ ਕਿਉਂ ਨਹੀਂ ਦੱਸਿਆ ਘੋਗੀ ਸਰਪੰਚ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ 7 ਵਜੇ ਇਹਨੂੰ ਫੋਨ ਲਾਤਾ ਜੀ ਇਹਨੂੰ ਅਸੀਂ ਫੋਨ ਲਾਇਆ ਸ਼ਾਮ ਨੂੰ ਬਈ ਸਾਡਾ ਮੁੰਡਾ ਨਹੀਂ ਇੱਥੇ ਆਉਂਦਾ ਇਹ ਕਹਿੰਦਾ ਮੈਨੂੰ 7 ਵਜੇ ਫੋਨ ਆ ਗਿਆ ਸੀ ਬਈ ਕਾਣਾ ਨਸੱਤਰ ਸਿੰਘ ਬਈ ਬਰਨਾਲੇ ਮੇਰੇ ਨਾਲ ਉਹ ਗਮਾਚ ਗਿਆ ਪਰ ਉਹਨੇ ਇਹ ਗੱਲ ਕਹੀ ਸੀ ਬਈ ਮੈਂ ਨਸੱਤਰ ਨੂੰ ਮਾਰਤਾ ਹੁਣ ਜਦੋਂ ਤੁਸੀਂ ਉੱਥੇ ਗਏ ਸੀ ਸੀ ਆਈ ਸਟਾਫ ਵੀ ਗਏ ਆ ਥਾਣੇ ਵੀ ਗਏ ਆ ਹਾਂਜੀ ਭਿੰਨੂ ਨਾਲ ਤੁਹਾਡੀ ਕੀ ਗੱਲ ਹੋਈ ਇਸ ਚੋਨੇ ਤੁਹਾਨੂੰ ਕੀ ਕਿਹਾ ਜਦੋਂ ਅਸੀਂ ਸਟਾਫ 'ਚ ਗਏ ਹਾਂ ਭਿੰਨੂ ਦੇ ਉੱਥੇ ਉਹਨਾਂ ਨੇ ਜਦੋਂ ਉਹਦੀ ਜਾਂਚ ਕੀਤੀ ਤਾਂ ਉਹ ਉੱਥੇ ਮੰਨਿਆ ਵੀ ਕਿਹੜੀ ਲੱਖੇ ਦੀ ਕੁੜੀ ਆ ਕੁੜੀ ਨੇ ਮੇਥੋਂ ਮੁੰਡਾ ਮਰਵਾਇਆ ਠੀਕ ਹੈ ਵੀ ਜਿਹੜੀ ਇਹਦੀ ਲੜਕੀ ਆ ਜਿਹੜੀ ਲੱਖੇ ਦੀ ਲੜਕੀ ਆ ਬਈ ਉਹਦੇ ਕਹਿਣ ਤੇ ਮੈਂ ਮਾਰਿਆ ਠੀਕ ਹੈ ਤੁਹਾਡੇ ਸਾਹਮਣੇ ਗੱਲ ਕਹੀ ਇਹ ਸਾਡੇ ਸਾਹਮਣੇ ਗੱਲ ਕਹੀ ਆ ਸਾਡੇ ਨਾਲ 5-4 ਬੰਦੇ ਵੀ ਸੀ ਸਾਡੇ ਚਾਚਾ ਜੀ ਬੈਠੇ ਇਹ ਵੀ ਨਾਲ ਸੀ ਠੀਕ ਹੈ ਅੱਛਾ ਜਦੋਂ ਫਿਰ ਇਹ ਕਿਹਾ ਤੇ ਫਿਰ ਤੁਸੀਂ ਕਿਹਾ ਵੀ ਪੁਲਿਸ ਇਹਨਾਂ ਦੇ ਲੜਕੀ ਤੇ ਲੱਖੇ ਤੇ ਦੂਜਿਆਂ ਤੇ ਵੀ ਮਾਮਲਾ ਦਰਜ ਕਰੋ ਜਦੋਂ ਇਹ ਕਹਿ ਰਿਹਾ ਬੰਦਾ ਅਸੀਂ ਕਿਹਾ ਵੀ ਇਹਨਾਂ ਦੇ ਮਾਮਲਾ ਦਰਜ ਕਰੋ ਮਾਮਲਾ ਦਰਜ ਕਾਹਤੋਂ ਨਹੀਂ ਕਰਦੇ ਕਹਿੰਦੇ ਸਾਨੂੰ ਕਹਿੰਦੇ ਦਰਜ ਹੋਊਗਾ ਐਚ ਐਸ ਸਾਹਿਬ ਨੂੰ ਦੱਸੋ ਤੁਸੀਂ ਸਾਰਾ ਕੁਛ ਅਸੀਂ ਐਚ ਐਸ ਸਾਹਿਬ ਨੂੰ ਸਾਰਾ ਕੁਛ ਦੱਸਦੇ ਹਾਂ ਐਚ ਐਸ ਸਾਹਿਬ ਕਿਸੇ ਗੱਲ 'ਤੇ ਨਹੀਂ ਆਉਂਦੇ ਐਚ ਐਸ ਸਾਹਿਬ ਤਾਂ ਕਹਿੰਦੇ ਲੱਖੇ ਦਾ ਨਾਂ ਹੀ ਨਾ ਲਵੋ ਅੱਛਾ ਕਹਿੰਦੇ ਨਾਂ ਨਾ ਲਓ ਹਾਂ ਉਹਨਾਂ ਦਾ ਤਾਂ ਨਾਂ ਹੀ ਨਾ ਲਵੋ ਉਹ ਤਾਂ ਬੰਦੇ ਹੀ ਨਹੀਂ ਇਹੋ ਜਿਹੇ ਹੈ ਠੀਕ ਆ ਸਾਡੇ ਨਾਲ ਹੋਰ ਵੀ ਹੈਗੇ ਨੇ ਪਿੰਡ ਵਾਸੀ ਆਪਾਂ ਗੱਲ ਬਾਤ ਕਰਦੇ ਹਾਂ ਉਹਨਾਂ ਨੂੰ ਵੀ ਪੁੱਛਦੇ ਹਾਂ ਵੀ ਕੀ ਗੱਲ ਆ ਕੀ ਨਾਮ ਬਾਪੂ ਜੀ ਮੇਰਾ ਨਾਮ ਹਾਕਮ ਸਿੰਘ ਅੱਛਾ ਜੀ ਤੁਸੀਂ ਕਹਿੰਦੇ ਅਸੀਂ ਉਸ ਦਿਨ ਨਾਲ ਸੀ ਤੁਸੀਂ ਜਦੋਂ ਨਾਲ ਸੀ ਥਾਣੇ 'ਚ ਤੁਹਾਡੇ ਸਾਹਮਣੇ ਕੀ ਗੱਲਬਾਤ ਹੋਈ ਸੀ ਉਹ ਦੱਸੋ ਜਿਸ ਮੌਕੇ ਉਹਦੇ ਭਿੰਨੂ ਦੇ ਕੁੱਟ ਪੈਂਦੀ ਆ ਸਟਾਫ 'ਚ ਉਦੋਂ ਭਿੰਨੂ ਕਹਿੰਦਾ ਮੈਨੂੰ ਅਮਨ ਨੇ ਕਿਹਾ ਮੈਂ ਮੁੰਡਾ ਮਾਰ ਅਮਨ ਕੌਣ ਆ ਇਹ ਮੁੰਡਾ ਕੋਈ ਅਮਨ ਕੁੜੀ ਆ ਉਹਨਾਂ ਦੀ ਕੋਈ ਅੱਛਾ ਜੀ ਅਤੇ ਅਮਨ ਦੇ ਕਹਿਣ 'ਤੇ ਮੈਂ ਮਾਰਿਆ ਅਮਨ ਨੇ ਕਿਹਾ ਵੀ ਇਹਨੂੰ ਮਾਰ ਦੇ ਜਾਂ ਮੈਨੂੰ ਮਾਰ ਦੇ ਅੱਛਾ ਸਾਡੇ ਕੋਲ ਮੰਨੇ ਆ ਸਾਹਮਣੇ ਸਾਰੇ ਪ੍ਰਸ਼ਾਸਨ ਬੈਠਾ ਸਾਰੀ ਗੱਲ ਇਹ ਹੋਈ ਆ ਅਤੇ ਇਹ ਕਿਉਂ ਨਹੀਂ ਖਬਰ ਦੇ ਵਿੱਚ ਵੀ ਨਹੀਂ ਮੈਂ ਦੇਖਿਆ ਆਇਆ ਬਈ ਅਮਨ ਬੈਠਾ ਅਮਨ ਨੂੰ ਬੱਚੋ ਹੋਣਾ ਚਾਹੀਦਾ ਜਦੋਂ ਉਹਨੇ ਕਿਹਾ ਜਾਂਚ ਪਰਿਵਾਰ ਆ ਲੱਖੇ ਉਹਨਾਂ ਦਾ ਨਾਂ ਲੈਂਦਾ ਕਿਉਂ ਨਹੀਂ ਐਸ ਐਚ ਓ ਲਿਖਦਾ ਐਸ ਐਚ ਓ ਦੀ ਫਿਰ ਆਪਾਂ ਮੰਨਦੇ ਹਾਂ ਬਈ ਵੱਡੀ ਖਾਧੀ ਆ ਪੈਸੇ ਲਏ ਆ ਜਦੋਂ ਪਰਿਵਾਰ ਇੱਕ ਪਰਿਵਾਰ ਦਾ ਘਰੋਂ ਗੱਭਰੂ ਨੌਜਵਾਨ ਘਰੋਂ ਜਾਂਦਾ ਉਹ ਰੋਂਦੇ ਪਿੱਟਦੇ ਆ ਕੋਈ ਸੁਣਦਾ ਹੀ ਨਹੀਂ ਉਸੇ ਇਹ ਤਾਂ ਸਾਡੇ ਮੁਲਕ ਦਾ ਹਾਲ ਹੋਇਆ ਪਿਆ ਸਾਰਾ ਪਿੰਡ ਸਾਡੇ ਮਗਰ ਆ ਅਤੇ ਇਹ ਐਸ ਐਚ ਓ ਆ ਕੋਈ ਐਸ ਆਈ ਆ ਆਰੋਪ ਵਾਲਾ ਸੀ ਉਹਨੇ ਵਧੀਆ ਕੇਸ ਕਢਾ ਲਿਆ ਸੀ ਉਹਦੀ ਬਦਲੀ ਕਰਾਤੀ ਉਹਨਾਂ ਨੇ ਅੱਛਾ ਜੀ ਤੁਹਾਨੂੰ ਲੱਗਦਾ ਜਿਹੜਾ ਐਸ ਆਈ ਦੀ ਬਦਲੀ ਹੋਈ ਵੀ ਕਰਾਤੀ ਉਹਦੀ ਕਰਾਤੀ ਆ ਜੀ ਕਰਾਈ ਆ ਅੱਛਾ ਉਹ ਵਧੀਆ ਜਾਂਚ ਕਰ ਰਿਹਾ ਸੀ ਵਧੀਆ ਜਾਂਚ ਉਹਨੇ ਕਰ ਲਈ ਸੀ ਸਾਰਾ ਕੁਝ ਕਢਾ ਲਿਆ ਸੀ ਉਹ ਕਹਿੰਦਾ ਉਹ ਕੁੜੀ ਦੀ ਦਾਦੀ ਦੇ ਕੋਲੋਂ ਸਾਰਾ ਕੁਛ ਉਹਨੂੰ ਵੀ ਪਤਾ ਕੇਸ ਜਿਵੇਂ ਹੋਇਆ ਸਾਰਾ ਉਹਨੇ ਦੱਸਤਾ ਸੀ ਅੱਛਾ ਉਹ ਕਹਿੰਦਾ ਮੇਰੀ ਖਾਤਰ ਵੀ ਕੁੱਤੇ ਛੱਡਿਆ ਇਹਨਾਂ ਨੇ ਪਰਿਵਾਰ ਇਹੋ ਜਿਹਾ ਅੱਛਾ ਜੀ ਸਾਰਾ ਕੁਛ ਉਹ ਦੱਸ ਗਿਆ ਸੀ ਸਾਨੂੰ ਮੁੰਡਾ ਜਿਵੇਂ ਮਾਰਿਆ ਸਾਰਾ ਕੁਛ ਆਪਣੇ ਐਸ ਆਈ ਨੂੰ ਪਤਾ ਸੀ ਪੁੱਛ ਲਿਆ ਸੀ ਉਹਨੇ ਸਾਡੇ ਕੋਲ ਸਬੂਤ ਉਹਨੇ ਸਾਰੇ ਦੇ ਦਿੱਤੇ ਸੀ ਪੂਰਾ ਪੂਰਾ ਅਤੇ ਜਿਹੜਾ ਜੀ ਹੁਣ ਇਹਨਾਂ ਨੇ ਇਕੱਲੇ ਭਿੰਨੂ 'ਤੇ ਪਰਚਾ ਦਿੱਤਾ ਅਤੇ ਪੁਲਿਸ ਨੇ ਸਾਨੂੰ ਵੀ ਕਿਹਾ ਅਤੇ ਭਿੰਨੂ ਦੇ ਵੀ ਅਸੀਂ ਬਿਆਨ ਲਏ ਵੀ ਉਹਨੂੰ ਭਿੰਨੂ ਨੂੰ ਹੀ ਪੁੱਛਿਆ ਸੀ ਵੀ ਇਹ ਕਤਲ ਕਿਉਂ ਕੀਤਾ ਕਹਿੰਦਾ ਇਹਦੇ ਕੋਲ ਮੇਰੀ ਫੋਟੋ ਖਿੱਚੀ ਸੀ ਉਹਨੂੰ ਦਿਖਾਉਂਦਾ ਸੀ ਕੋਈ ਵੀ ਆਪਾਂ ਕਿੰਨੇ ਮੁੰਡੇ ਬੈਠੇ ਆ ਹੁਣ ਦੀ ਪੀੜ੍ਹੀ ਬੈਠੀ ਆ ਸਾਡੇ ਕੋਲੋਂ ਵੀ ਸਮਾਂ ਲੰਘਿਆ ਕੋਈ ਜੇ ਕੋਈ ਇਹੋ ਜਿਹੀ ਗਲਤ ਗੱਲ ਕਰਦਾ ਕੌਣ ਉਹਦਾ ਫੋਟੋ ਲੈ ਲੂਗਾ ਬੜੇ ਪਰਦੇ ਤੋਂ ਅਗਲਾ ਲੋਕ ਛਿਪ ਕੇ ਇਹੋ ਜਿਹੇ ਕੰਮ ਕਰਦਾ ਕਦੋਂ ਉਹਨੇ ਸਾਡੇ ਜਵਾਕ ਨੇ ਫੋਟੋ ਲੈ ਲਈ ਇਹ ਮੈਂ ਵਾਧੂ ਗੱਲਾਂ ਕਰਦੇ ਆ ਇਹ ਪ੍ਰਸ਼ਾਸਨ ਰਲਿਆ ਮਿਲਿਆ ਠੀਕ ਹੈ ਜੀ ਜੇ ਬਾਪੂ ਨਹੀਂ ਹੁੰਦਾ ਹੱਲ ਇਦੂ ਬਾਅਦ ਕੀ ਕਰੋਗੇ ਸਾਡਾ ਵੀ ਜਿੱਥੋਂ ਤਾਈਂ ਸਾਡਾ ਚੜਿਆ ਅਸੀਂ ਜੋਰ ਲਾਵਾਂਗੇ ਬੇਸ਼ੱਕ ਸਾਡੀ ਉੱਥੇ ਡੈਥ ਹੋ ਜਾਏ ਅਟੈਕ ਹੋ ਜਾਏ ਸਾਨੂੰ ਅਸੀਂ ਮਰਾਂਗੇ ਹੀ ਇਦੂ ਬਾਅਦ ਤਾਂ ਸਾਡੇ ਕੋਲ ਕੋਈ ਨਹੀਂ ਅਸੀਂ ਜਵਾਕ ਮੈਂ ਮਰਵਾ ਲਾਂਗੇ ਠੀਕ ਹੈ ਜਾਣੀ ਅੱਗੇ ਤੁਸੀਂ ਜਿਹੜਾ ਹੈਗਾ ਸੰਘਰਸ਼ ਵਿੱਢੋਗੇ ਬਿਲਕੁਲ ਵਿੱਢਾਂਗੇ ਅਸੀਂ ਟੈਕ ਕੇ ਬੈਠਣ ਵਾਲੇ ਨਹੀਂ ਅਸੀਂ ਤਾਂ ਮਰੇ ਪਏ ਹਾਂ ਬਿਲਕੁਲ ਮਰੇ ਹਾਂ ਅਸੀਂ ਜਿਉਂਦਿਆਂ 'ਚ ਨਹੀਂ ਹੈ ਠੀਕ ਹੈ ਬਿਲਕੁਲ ਜਿਉਂਦਿਆਂ 'ਚ ਨਹੀਂ ਹੈ ਅਸੀਂ ਸੋ ਦਰਸ਼ਕੋ ਬਹੁਤ ਵੱਡੀ ਗੱਲ ਹੈ ਕਿ ਮੀਨੀਆਂ ਪਿੰਡ ਆ ਜਿਹੜਾ ਮੈਂ ਕੈਮਰਾਮੈਨ ਨੂੰ ਕਹੂੰਗਾ ਫਿਰ ਇੱਧਰ ਦਿਖਾ ਦੇਵੇ ਵੱਡੀ ਗਿਣਤੀ ਦੇ ਵਿੱਚ ਪਿੰਡ ਦੀਆਂ ਔਰਤਾਂ ਔਰ ਭੈਣਾਂ ਇੱਥੇ ਪਰਿਵਾਰ ਦੇ ਵਿੱਚ ਪਹੁੰਚੀਆਂ ਵੀ ਆ
पिंड आ जिहड़ा उह सारा इहनां नूं कह रिहा कि जिथों तक भी जाणा पिया तुहाडे नाल चलांगे, क्योंकि एक नौजवान दे मौत दी गल है, वड्डी गल है कि कतल दी गल है, कोई छोटी मोटी घटना नहीं, कोई चोरी दी गल नहीं। सो ये परिवार का कहना है कि जिहड़ी लड़की दा उह नाम लै रिहा है भिन्नू, कि उहदे कहण ते लड़के दा कतल कीता, तो जिथे घरे होया वह भी ये परिवार दस रहा, क्योंकि दर्शकों इतने दस दईए पहला ये लड़के का एक्सीडेंट दसया जा रहा सी। उस दिन इन्होंने नौजवान की नछत्र सिंह की लाश नूं बदनी थाने अगे रख के धरना लाया सी, ते असी वो तुहाडे तक सारी रिपोर्ट पहुँचती की सी। उस तो बाद पुलिस ने जिहड़ा हैगा उन्होंने हिरासत च लिया और एक नौजवान के उत्ते कतल का जिहड़ा मामला वह दर्ज करता सी, पर परिवार फिर भी कहिंदा कि सही तरीके दे नाल नहीं किया गया, जब तक उसकी जांच नहीं होंदी, पुछगिछ नहीं होंदी। जे देखा जाए उस तो बाद भिन्नू आ जिहड़ा पुलिस की गिरफ्त च आउंदा उहनूं पकड़ के पुछगिछ होंदी है, तो परिवार वाले कहिंदे साडे सामने उहने बयान दित्ते सी कि उह लड़की ने कहा भी जां मैनू मार दे जां इह नछत्र सिंह नूं मार दे, तां उहनां कहा कि मैं जिहड़ा हैगा भिन्नू ने आप कबूल किया सी कि मैं कतल किया, पर इहनां दा कहिणा उह लड़की ते उहदे पिता का जिहड़ा नां है उन्हां दे परिवार दा जिहड़े इन्हां नाल लिखाई सी उहदे लड़के दा वी नाल लिखाई उन्हां नूं परचे दे विच पा के उन्हां ते बनदी सख्त कानूनी कार्रवाई की जाए। सो साडी एस एच ओ दे नाल गल्लबात हुई आ, तुहानूं उह वी सुणाउने आ कि एस एच ओ ने की किया। उन्होंने तो यही किया कि असी एक नौजवान दे उत्ते मामला जिहड़ा दर्ज करता है, तो साडी उहदे नाल वी गल्लबात हुई अमरजीत सिंह भिन्नू दे नाल थाने दे विच, उह वी तुहानूं सुणाउने कि उहदा की कहना उस संबंधी। पहला मुकदमा नंबर 20 मिति 4/3/21 अंडर सैक्शन 302 केस रजिस्टर किया गया सी। ये जिसनों असी गिरफ़्तार किया इहदा नाम अमरजीत सिंह भिन्नू सन पाल सिंह पिंड मीनिया का रहने वाला, ये अपने ही पिंड के किसी दोस्त नूं मरन वाले नूं जिंदा नाम नछत्र सिंह काणा सी उहनूं बहाना मार के लग्या सी कि आपां मोटरसाइकिल बरनाले तों खरीद के लिआउणा, पर वापसी समय उसनों शराब पिया के बोडे पिंड दे लागे उन्हों एक्सीडेंट रूप दे के उन्हों मार दिता सी। वजह की सी मारन दी, उन्हों की उहदे विच काहतों मारिया इहने? इहदी वजह निकल के ये आ रही है कि इन्हां दा दोनों दा ही एक लड़की नाल प्रेम प्यार चल रहा सी, जिस विच ये मारन वाला अमरजीत सिंह भिन्नू समझदा सी कि नछत्र सिंह काणा मेरे इस काम के अड़िका बन रहा, जिस वजह करके इन्हें उसनों मारिया। उस संबंधी अजे असी लड़के अरैसट किया, इसनों गांह अगे साड़ी तफ्तीश चल रही है, जिमें जिमें इन्वेस्टिगेशन असी करांगे जो जो भी इन शामिल होया उसनों परचे दे विच शामिल किया जाएगा। इसका असी कल अरैसट पाई आ, अज असी अदालत में इसनों पेश किया, तो 3 दिन का पुलिस रिमांड रहा, जिस संबंधी तफ्तीश साडी जारी है। की कारण बनया तैनूं, की मजबूरी बन गई भी वो आपके नाल दोस्त नूं तैनूं मारना पै गया? मजबूरी यही सी जो कि फोटो सी जी। क्या दे फोटो? मेरी तो मेरी सहेली दे सी जी। ब्लैकमेल करता सी जी, कदे किसी नूं दिखाउंदा सी जी, कदे किसी नूं दिखाउंदा सी, पैसे लेंदा सी धक्के नाल। तो यदि तू किसी पुलिस अफसर को किसी थाने चौंकी शिकायत भी कर सकता? ये तो नहीं है जो तो तेन ब्लैकमेल करता सी भी उन्हें दुनिया तो ही चक दो मारी दो मर्डर कर दो भी, ये तो नहीं भी फिर उन्होंने मार ही देना सी? तू किसी को फरियाद भी कर सकता, शिकायत भी कर सकता सी भी आ सानू ब्लैकमेल कर रहे, कानून कादे वास्ते बने आ? नहीं जी, यही कुछ नहीं किया जी, मैं ना कोई थाने किसी मैं सोच लिया सी। तू आप ही क्या? मैं आप ही सजा देनी? मैं आप ही सजा। कोई पछतावा? नहीं, पछतावा कादा कासी दा नहीं, कुछ करता। सो दर्शकों तुसीं देख लिया कि ये दोनों धिर है, सो ये परिवार है, पीड़ित परिवार है। इत्थे वड्डा सवाल है कि जथेबंदियां जां समाज सेवी जां संघर्षशील जथेबंदियां उन्हां दे नाल ये लगातार राबता कायम कर रहे हैं, पर परिवार का कहना है कि मूहरों कांग्रेसी होण करके ते लगातार उहदे वल्लों पिंड दे विच जिहड़े विवादित टिप्पणियां कीतियां जांदियां, कोई ना कोई झगड़ा कीता जांदा, उहदे डर तो कोई अगे नहीं आउण नूं तैयार, बहुत घट लोग है जिहड़े परिवार दे नाल सहमत है।
आम लोग आ रहे हैं समाज सेवी ज जथेबंदियों भी आण के इतने नोटिस लेना चाहिए और ये परिवार के हक में खड़ के इंसाफ दवाना चाहिए कि इन्हों नौजवान पौधी मौत हुई है जो भी दोषी ने उन्होंने तुरंत गिरफ्तार करके जेलों में डकना चाहिए। सो अगे भी जिम्मे अपडेट होगी ज परिवार वाले जथेबंदियों वाले जो भी फैसला लेंगे तो वो भी जरूर थोड़े तक अपडेट देवे। सो बने रहो अज लई मैनू तो मेरे सहयोगी सुख पंगू नू दिओ आग्या ग्लोबल पंजाब टीवी लई चमकौर लोपो मोगा पिंड मीनिया। हुण तुसी देख सकदे हो ग्लोबल पंजाब टीवी नू डाउनलोड करो साडी ऐप एंड्रॉयड जा iOS ते फ्री विच रोकू अते Amazon Fire TV ते जा Apple TV ते नाल ही देख सकदे हो लाइव स्ट्रीमिंग www.globalpunjabtv.com ते।